ਸਤਿ ਸ੍ਰੀ ਅਕਾਲ ਪੰਜਾਬੀਓ 10 ਤਰੀਕ ਨੂੰ ਜਿਹੜਾ ਕੇਐਮਪੀ ਰੋਡ ਹੈ ਦਿੱਲੀ ਵਾਲਾ ਉਹਨੂੰ ਰੋਕਣ ਦਾ 24 ਘੰਟਿਆਂ ਦਾ ਸੱਦਾ ਜਿਹੜਾ ਦਿੱਤਾ ਗਿਆ ਉਹਦੇ ਸਬੰਧ ਚ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਨੂੰ ਵੱਡੀ ਗਿਣਤੀ ਦੇ ਵਿੱਚ ਦਿੱਲੀ ਪਹੁੰਚਣਾ ਚਾਹੀਦਾ ਅਸੀਂ ਵੀ 9 ਤਰੀਕ ਨੂੰ ਮਸਤੂਆਣਾ ਸਾਹਿਬ ਤੋਂ ਸਮਾਂ ਤਕਰੀਬਨ 12 ਵਜੇ ਚੱਲਾਂਗੇ ਦਿੱਲੀ ਨੂੰ ਚਾਲੇ ਪਾਵਾਂਗੇ ਸਾਨੂੰ ਸਾਰੇ ਪੰਜਾਬੀ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਕਿਉਂਕਿ ਜੇ ਅਸੀਂ ਸਮਝਦੇ ਹਾਂ ਕਿ ਇਹ ਅੰਦੋਲਨ ਇਹ ਘੋਲ ਸਾਡਾ ਹੈ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੇ ਲਈ ਹੈ ਸਾਡੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਹੈ ਸਾਡੇ ਚੁੱਲ੍ਹਿਆਂ ਨੂੰ ਜਿਹੜਾ ਬਲਦਾ ਰੱਖਣ ਦੇ ਲਈ ਹੈ ਤਾਂ ਹਰ ਪੰਜਾਬੀ ਦਾ ਫਰਜ਼ ਬਣਦਾ ਚਾਹੇ ਉਹ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਕੋਈ ਦੁਕਾਨਦਾਰ ਆੜ੍ਹਤੀ ਹੈ ਜਾਂ ਵਪਾਰੀ ਹੈ ਕਿ ਸਾਰੇ ਵਰਗਾਂ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਆਪਾਂ ਉੱਥੇ ਜੁੜੀਏ ਕਿਉਂਕਿ ਜਿਹੜੀ ਖੜੋਤ ਹੈ ਉਹ ਆ ਚੁੱਕੀ ਹੈ ਜਿਵੇਂ ਸਰਕਾਰ ਹੈ ਜਿਹੜੀ ਕੋਈ ਵੀ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ ਇਹ ਗੱਲਬਾਤ ਤਾਂ ਹੀ ਜਾਰੀ ਹੋਣੀ ਹੈ ਜੇ ਅਸੀਂ ਦਬਾਅ ਜਿਹੜਾ ਲਗਾਤਾਰ ਉਹ ਬਣਾਵਾਂਗੇ ਤੇ ਇਹ ਦਬਾਅ ਨੇ ਜਿਹੜੇ ਜਿਵੇਂ ਲਗਾਤਾਰ ਜਥੇਬੰਦੀਆਂ ਵੱਲੋਂ ਕੋਈ ਨਾ ਕੋਈ ਪ੍ਰਬੰਧ ਦਿੱਤੇ ਜਾਣ ਸਖ਼ਤ ਤੇ ਉਹਦੇ ਤਹਿਤ ਸਾਡੇ ਲੋਕ ਨੇ ਜਿਹੜੇ ਉਹ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਯੋਗਦਾਨ ਜਿੰਨਾ ਪਾਉਣਗੇ ਹਰ ਬੰਦੇ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਕਿਉਂਕਿ ਇਹ ਲੜਾਈ ਇੱਕ ਦੀ ਨਹੀਂ ਹੈ ਕਿਸੇ ਇਕੱਲੇ ਕਿਸਾਨ ਜਾਂ ਮਜ਼ਦੂਰ ਦੀ ਨਹੀਂ ਹੈ ਹਰ ਵਰਗ ਹਰ ਇਨਸਾਨ ਹਰ ਘਰ ਦੀ ਲੜਾਈ ਹੈ ਸੋ ਇਸ ਕਰਕੇ ਅਪੀਲ ਕਰਦੇ ਹਾਂ ਕਿ ਆਓ ਯਾਰ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਿ ਅੰਦੋਲਨ ਸਾਡਾ ਅਸੀਂ ਜਿੱਤਣਾ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਆਪਣੇ ਪੰਜਾਬ ਆਪਣੀ ਪੰਜਾਬੀਅਤ ਨੂੰ ਬਚਾਉਣਾ ਤਾਂ ਆਓ ਮੇਰਾ ਵੀਰ 9 ਤਰੀਕ ਨੂੰ ਅਸੀਂ ਮਸਤੂਆਣਾ ਸਾਹਿਬ ਤੋਂ ਚੱਲਾਂਗੇ ਵੱਡੀ ਗਿਣਤੀ ਚ ਉੱਥੇ ਪਹੁੰਚੋ ਸ਼ਾਮਲ ਹੋਵੋ ਆਪਾਂ ਦਿੱਲੀ ਚੱਲ ਕੇ ਉੱਥੇ ਕੇਐਮਪੀ ਜਿਹੜੀ ਸੜਕ ਹੈ ਉਹਨੂੰ 24 ਘੰਟਿਆਂ ਲਈ ਜਾਮ ਕਰਨਾ ਤਾਂ ਕਿ ਸਰਕਾਰ ਦੇ ਉੱਤੇ ਇੱਕ ਦੁਬਾਰਾ ਦਬਾਅ ਬਣ ਸਕੇ ਤੇ ਜਿਹੜੀ ਗੱਲਬਾਤ ਇਹਨਾਂ ਬਿੱਲਾਂ ਨੂੰ ਰੱਦ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਉਹ ਦੁਬਾਰਾ ਸ਼ੁਰੂ ਹੋ ਸਕੇ ਇਸ ਕਰਕੇ ਆਪਾਂ ਅਸੀਂ ਹੀ ਅਪੀਲ ਆ ਸਾਨੂੰ 9 ਤਰੀਕ ਨੂੰ ਸਮਾਂ 12 ਵਜੇ ਮਸਤੂਆਣਾ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।